नमस्कार, जम्मू संवाद देख रहे हैं आप और मैं हूं नरेश शर्मा। चुनावी यात्रा के तहत हम आ पहुंचे हैं चिनाब के किनारे अखनूर विधानसभा क्षेत्र में। इस विधानसभा क्षेत्र में बड़ा ही रोचक मुकाबला है, क्योंकि दो पूर्व अधिकारियों के बीच में यहां पर सीधी टक्कर देखी जा रही है। भारतीय जनता पार्टी की तरफ से पूर्व SSP मोहनलाल भगत को अपना कैंडिडेट बनाया गया है, वहीं कांग्रेस ने पूर्व JKS अधिकारी अशोक भगत को अपना कैंडिडेट बनाया है। दोनों ही उम्मीदवार नए हैं सियासत में, लेकिन उनको तजुर्बा जो है वो सियासत का नहीं प्रशासन का है। अभी ये देखना दिलचस्प होगा कि जनता की राय क्या है और आम लोगों के, यानी कि अखनूर विधानसभा क्षेत्र के जो आम नागरिक हैं, उनके मसले क्या हैं और जीत जो है किस करवट पर बैठेगी। क्योंकि यहाँ पर कांग्रेस की अगर बात करें तो 1962 से लेकर 8 बार यहाँ पर कांग्रेस जीतती रही है, और इसके अलावा एक बार यहाँ पर आजाद उम्मीदवार भी चुनाव जीते हैं, एक बार नेशनल कॉन्फ्रेंस भी चुनाव जीती है। वहीं भारतीय जनता पार्टी पहली बार 2014 में अखनूर विधानसभा क्षेत्र में जीत हासिल करने में कामयाब हुई है। आम लोगों की क्या है राय, करते हैं आम लोगों से बातचीत। हाँ जी भैया, इलेक्शन तक मोह लगा था ਲਕਸ਼ਣ ਸਰ, ਮੈਂ ਇਹਦੇ ਬੇਸਿਕਲੀ ਇੱਧਰ ਦਾ ਨਹੀਂ ਹੈ। ਅੱਛਾ, ਮੈਂ ਇੱਧਰ ਦਾ ਬ੍ਰਿਜ ਪਾਰ ਕਰਿਆ। ਅੱਛਾ, ਤਾਂ ਤੁਹਾਡਾ ਕਿਹੜਾ ਹਲਕਾ ਹੈ? ਸਾਡਾ ਉੱਧਰ ਨਗਰੋਟਾ ਰਹਿ ਕਰਦਾ। ਅੱਛਾ, ਤੇ ਨਗਰੋਟਾ ਕੀ ਚਲਾਵਾ? ਨਗਰੋਟਾ ਸਰ ਲੈ ਦੇ BJP ਹੈ। ਅੱਛਾ, ਰਾਣਾ ਸਾਹਿਬ ਹੋਰ? ਹਾਂ, ਰਾਣਾ ਸਾਹਿਬ ਹੋਰ। ਕੰਮ ਕਾਜ ਕੀਤਾ ਉਹਨਾਂ ਕੁਛ? ਕੰਮ ਕਾਜ ਸਰ ਕਹਿੰਦੇ ਕੀਤੇ ਉਹਨੇ, ਕੰਮ ਸ਼ਾਮ ਕੀਤੇ ਉੱਧਰ। ਲਿਖੋ ਅੱਗੇ। ਲੱਗਦਾ ਕੋਈ ਉਹਦੇ 'ਚ ਹੈ, ਕੋਈ ਉਹਦੇ ਕੰਨਾ ਕੋਈ ਮੁਕਾਬਲੇ 'ਚ? ਉਹਦੇ ਮੁਕਾਬਲੇ 'ਚ ਸਰ NCP ਹੈ। ਮਹਿੰਗਾਈ ਵੀ ਬੜੀ ਹੈ, ਠੀਕ ਹੈ, ਤੇ ਠੀਕ ਚਲਾ ਦਾ ਵੈਸੇ। ਹੁਣ ਅੱਗੇ ਦੇਖੋ, ਅੱਗੇ ਸਰਕਾਰ ਜਿਹੜੀ ਬਣਦੀ ਹੈ। ਇਲੈਕਸ਼ਨ ਦਾ ਮਾਹੌਲ ਲੈ ਜ਼ਬਰਦਸਤ ਚਲਾ ਦਾ, ਮਹਾਰਾਜ ਸਰਗਰਮੀਆਂ ਚਲਾ ਦੀਆਂ ਨੂੰ। ਅੱਛਾ, ਲਹਿਰ ਕੁਝ ਚਲਾ ਦੀ ਹੈ? ਲਹਿਰ ਸਰ ਸਾਰੇ ਦੀ ਗਿਆ, ਪਰ ਬਟ ਮੈਂ ਅਖਨੂਰ ਕੰਸਟੀਚੁਐਂਸੀ ਦੀ ਗੱਲ ਕਰਾਂ ਤੇ BJP ਦੀ ਸੀਟ ਤਾਂ ਇੱਥੇ ਜ਼ਿਆਦਾ। ਆਪਣੀ ਸਰਗਰਮੀ ਇੱਥੋਂ ਤੇਜ਼ ਕਰ ਜੁੜੀ ਅਸੀਂ, ਉਹ ਕੋਹਾ ਵਿਆਹ ਗਏ ਨਹੀਂ ਹੋ ਗਏ ਮਾਰੇ ਹੈਗੇ, ਕਿਸੇ ਦੇ ਮਰਨੇ ਧਰਨੇ ਉਹਦੇ ਉੱਪਰ ਜ਼ਰੂਰ ਪੁੱਜੇ, ਔਰ ਸੋਸ਼ਲ ਕੰਮ ਬੜੇ ਉਹਨੇ ਕੀਤੇ। ਤੋ ਇਸ ਵਾਰੀ ਪਾਰਟੀ ਟਿਕਟ ਮਿਲੀ ਦੀ ਹੈ ਤੇ ਕਾਂਗਰਸ ਤੇ BJP ਦਾ ਜਾਂ ਤ੍ਰੀਆ ਬੰਦਾ ਇੱਥੇ ਆਇਆ ਕੋਈ ਨਹੀਂ ਹੈ, ਬਟ ਇਲੇ ਤੱਕ ਜੋ ਸਾਡੀ ਸਮਝ ਦੇ ਅਨੁਸਾਰ ਆਉਂਦਾ ਤੇ ਇਹ ਟਿਕਟ ਜਿਹੜੀ ਹੈ BJP ਦੀ। ਮਸਲੇ ਕੀ ਨੇ ਲੋਕਾਂ ਦੇ, ਕੀ ਮਸਲੇ ਨੇ ਸਰ? ਗੱਲ ਇਹ ਹੈ, ਮਸਲੇ ਜਿਹੜੇ ਮੁੱਕਦੇ ਨਹੀਂ ਹਨ ਤੇ ਨਾ ਲੀਡਰ ਪੂਰੇ ਕਰਦੇ ਨੇ, ਕਿਉਂਕਿ ਇਹ ਪੁਰਾਣੀਆਂ ਗੱਲਾਂ ਨੇ। ਅਸੀਂ ਵੀ 2-4-5 ਇਲੈਕਸ਼ਨਾਂ ਦੇਖੀ ਹੋਣੀਆਂ ਨੇ, ਪਰ ਇਹ ਇਲੈਕਸ਼ਨ ਅੱਗੇ ਹੈ ਸਾਡੇ, ਇਲੈਕਸ਼ਨ ਇਹ ਆ, ਰੋਡ ਬਣੀ ਆ, ਬਿਜਲੀ ਪੂਰੀ ਹੋਈ ਆ, ਬਿਜਲੀ ਸੜਕ ਪਾਣੀ ਜਿਹੜੇ ਮਸਲੇ ਹੈ ਨਾ, ਬੁਨਿਆਦੀ ਜਿਹੜੀਆਂ ਸਮੱਸਿਆ ਹੁੰਦੀਆਂ ਨੇ ਉਹ ਕਿੱਥੇ ਉਹ ਆਦੀ ਨੇ ਪੂਰੀਆਂ, ਮਤਲਬ ਕਿ ਲੋਕਾਂ ਦੀ ਜਿਹੜੀ ਜ਼ਰੂਰਤਾਂ ਨੇ ਪੂਰੀਆਂ ਹੋ ਜਾਂ ਨੇ ਬੁਨਿਆਦੀ। ਸਰ ਗੱਲ ਇਹ ਮਹਾਰਾਜ, ਜ਼ਰੂਰਤਾਂ ਜਿਹੜੀਆਂ ਨਾ, ਤੁਸੀਂ ਆਹ ਜ਼ਰੂਰਤਾਂ ਆਖਿਆ ਉਹਦੇ ਮੁੱਕਦੀਆਂ ਕਿ ਨਹੀਂ, ਮੇਰੀਆਂ ਹੁਣ ਤੁਹਾਡੀਆਂ ਹੁਣ ਉਹ ਤਾਂ ਮੁੱਕਣੀਆਂ ਕਿ ਨਹੀਂ ਹਨ, ਠੀਕ ਹੈ। ਅਸੀਂ ਸਵਾਰਥੀ ਲੋਕ ਹਾਂ, ਅਸੀਂ ਬੜਾ ਕੁਛ ਚਾਹੀਦਾ ਗਾ, ਉਹ ਚਾਹੇ ਪਰਮਾਤਮਾ ਕੋਲੋਂ ਮੰਗੀ ਲੈ ਜਾਵੇ, ਉਹਦੇ ਨਹੀਂ ਉਹਦੇ ਲੀਡਰ ਕੋਲੋਂ ਮੰਗੀ ਲੈ ਚਾਹੇ। ਪਰ ਸਰ ਜੋ ਇਲੇ ਦਾ ਆਇਆ ਹੁਣ ਅਗਲਾ, ਪਿਛਲੀ ਅਗਰ 15 ਸਾਲ ਜਾਂ 20 ਸਾਲ ਕੋਲ ਦੇਖੀ ਲੈ ਚਾਹੇ, ਉਹਦੇ ਕੋਲ ਕਾਫੀ ਡਿਵੈਲਪਮੈਂਟ ਆ, ਤੁਸੀਂ ਇੱਥੇ ਜੋੜੀਏ ਹਰ ਗ੍ਰਾਮ ਦੇ ਵਿੱਚ ਚਲੀ ਜਾਓ, ਤੁਸੀਂ ਡਿਵੈਲਪਮੈਂਟ ਮਿਲੂਗਾ ਹਰ ਪ੍ਰਕਾਰ ਦੀ ਹੈ।
ਮਤਲਬ ਭਾਰਾ ਭਾਰਾ ਕੈਂਡੀਡੇਟ ਕੌਣ ਲੱਗਾ ਹੋਇਆ? ਭਾਰੇ ਕੈਂਡੀਡੇਟ ਇਸ ਵੇਲੇ ਸਰ ਬੀਜੇਪੀ ਦਾ ਕੈਂਡੀਡੇਟ ਹੈ ਸਰ। ਮੈਂ ਐਜ ਏ ਸ਼ਹਿਰਦਾਰੀ ਹੋਣੇ ਦੇ ਨਾਤੇ ਆਖਾਂ, ਨਾ ਕਿ ਕੋਈ ਪਾਰਟੀ ਦੇ ਪਾਰਟੀ ਦੇ ਪਾਰਟੀ ਤਰਫਾ ਮੇਰਾ ਕੋਈ ਉਹ ਨਹੀਂ ਹੈ, ਬਟ ਜਿਹੜਾ ਇਲੇ ਦੇ ਕਰਾਰਜ਼ਾਨ ਹੈ। ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਕਿ ਆਮ ਜਿਹੜੇ ਸ਼ਹਿਰੀ ਨੇ, ਜਿਹੜੇ ਨਾਗਰਿਕ ਨੇ, ਉਹਦੇ ਨਾਲ ਗੱਲਬਾਤ ਕੀਤੀ ਆ ਬਜਾਏ ਕਿ ਜਿਹੜੇ ਸਿਆਸੀ ਪਾਰਟੀ ਦੇ ਵਰਕਰ ਨੇ ਉਹਦੇ ਕੋਲ। ਨਹੀਂ ਨਹੀਂ, ਮੈਂ ਜਿਹੜੀ ਤੁਹਾਡੇ ਕੰਨੇ ਗੱਲ ਕਰਾਂ, ਕਿਉਂਕਿ ਮੈਂ ਅਦਭੰਦਾਈ ਕਰਨ ਵਾਲੇ ਲੋਕ ਹਾਂ, ਅਸੀਂ ਹਰ ਘਰ ਦੇ ਵਿੱਚ ਜਲ ਪਾਉਂਦਾ, ਪਰ ਅਸੀਂ ਲੀਡਰੀ ਲੂਡਰੀ ਵਿੱਚ ਨਹੀਂ ਆਏ। ਪਰ ਜਿਹੜੀ ਗੱਲ ਹੈ ਨਾ, ਜੋ ਸ਼ਹਿਰ ਦੇ ਵਿੱਚ ਇਸ ਵੇਲੇ ਚਲਾ ਦਾ ਆ, ਉਹ ਗੱਲ ਜਿਹੜੀ ਆ ਤੁਸੀਂ ਤੁਹਾਡੇ ਤੱਕ ਪਹੁੰਚਾਈ ਓੜੀ ਆ ਅਸੀਂ। ਧੰਨਵਾਦ ਜੀ। ਬੋਲ ਕੇ ਮੋਲ ਹੁੰਦਾ ਗਿਆ, ਲੈ ਮੋਹਨ ਮੋਹਨ ਸਾਹਿਬ ਹੁੰਦਾ ਗਿਆ। ਅੱਛਾ, ਦੇਖੋ ਸਾਰੇ ਕਹਿੰਦੇ ਜਾ ਅਸੀਂ ਗੱਲਬਾਤ ਕਰਾਉਣੇ ਹਾਲੇ ਤੁਹਾਡੇ ਲੋਕ ਹੀ ਆਖਦੇ ਨੇ, ਬਾਕੀ ਆਮ ਲੋਕਾਂ ਦੇ ਮਸਲੇ ਨੂੰ ਰੋਜ਼ਗਾਰ ਦਾ ਮਸਲਾ ਆ, ਬਿਜਲੀ, ਸੜਕ, ਪਾਣੀ ਦੀ, ਸੁਣਿਆ ਲੱਗਦਾ ਕਿ ਪਿਛਲੇ ਕੁਛ ਸਾਲਾਂ ਚ ਇੱਥੇ ਕੰਮ ਕਾਜ ਹੋਇਆ, ਡਿਵੈਲਪਮੈਂਟ ਹੋਈ ਹੈ ਇੱਥੇ ਅਖਨੂਰ ਦੇ ਕੰਮ ਕਾਜ ਦੇ ਹੁੰਦੇ ਹੁੰਦੇ ਕੀ ਕੰਮ ਕਾਜ ਹੋਇਆ ਮਾਰੇ? ਕਿਆ ਗਰੀਬ ਅਮੀਰ ਹੋਇਆ? ਖਾਣ ਪੈਣ ਚਲੋ ਵੋਟ ਦਿੱਤੇ ਭਾਈ ਗਰੀਬਾਂ ਪਲਾਓ, ਹਾਂ ਸਮਾਰਟ ਮੀਟਰ ਠੋਕੀ ਉੜੇ, ਹਾਂ ਭੈਣ ਬਿਜਲੀ ਕੱਟਾ ਟਕ 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 ਜਿਹਾ ਦਿਹਾੜੀ ਲਾਉਣ ਉਹਨਾਂ ਕੁੱਥੋਂ ਦੇਣੀ? ਹੈਂ, ਹੁਣ ਬੋਰਡ ਦੇ ਅੱਗੇ ਹੁਣ ਇਹ ਕਿਹ ਦੇਣਾ? ਹੁਣ ਲੋਕਾਂ ਘਰੇ ਦੇਣਗੇ ਨਾ ਭਾਈ, ਉਹ ਪਲਾਓ ਕੇ ਹਦੇ ਟੈਕਸ ਟੁਕਸ ਲਾਓ ਦੂਏ ਤਰੀਏ, ਬੋਰਡ ਬੜੇ ਹਿਸਾਬਾਂ ਦੇਣੇ ਮਾਰੇ। ਸਮੱਸਿਆ ਬੜੀਆਂ, ਸਮੱਸਿਆ ਹੁੰਦੀ ਗਰੀਬੀ ਦੀਆਂ, ਸਮੱਸਿਆ ਬੜੀਆਂ ਮਾਰੇ। ਹਸਪਤਾਲ ਜਾਂਦੇ ਹਾਂ, ਕਾਂਟ ਪਰ ਬੰਦਾ ਕੁਛ ਹੋਵੇ, ਪਹਿਲਾਂ ਗੂਗਲ ਪੇ ਕਰੋ, ਉਹ ਕਰੋ, ਉਹ ਤਾਂ ਬੰਦਾ ਮਰੀ ਆ ਜਿਸ ਦਿਨ ਨਹੀਂ ਜਾਂਦਾ ਹੋਵੇ। ਬੜੀ ਸਮੱਸਿਆ ਮੋਦੀ ਸਾਹਿਬ, ਆਟਾ ਲੈਣ ਜਾਓ ਅੰਗੂਠਾ ਲਾਓ, ਅੰਗੂਠਾ ਨਹੀਂ ਲਗਾ ਆਟਾ ਨਹੀਂ ਮਿਲਣਾ ਜੀ, ਹੋਰ ਕੋਈ ਦੱਸਿਆ ਤੂੰ ਕੋਈ ਗੱਲ? ਪਹਿਲਾਂ ਸਰਕਾਰ ਦੇ ਅਸੀਂ ਬੜੇ ਅਸਾ ਕੰਮ ਕੀਤੇ ਨੇ, ਡਿਵੈਲਪਮੈਂਟ ਕੀਤੀ ਹੈ, ਬੜੀ ਡਿਵੈਲਪ ਕੀਤੀ ਹੈ। ਮੇਰੇ ਘਰ ਕੋਲ ਆਉਂ, ਅੱਗੇ ਮੋਦੀ ਕੋਲ ਪੈ ਮੁੱਕੀ ਹੈ, ਟੈਲਾਂ ਪਾਈਆਂ, ਪਾਉਂਦੇ 50 ਰੁਪਏ ਦਿਓ ਮਹੀਨੇ, ਆਹ ਕੁੱਥੋਂ ਦੇਣੇ 50 ਰੁਪਏ? ਪੂਰਾ ਬਾਹਰ ਸੁੱਟੋ ਜਾਂਦੇ 50 ਰੁਪਏ ਉਹਦੀ ਦਿਓ ਜੀ, ਅਤੇ ਟੈਲਾਂ ਕੁੱਥੇ ਗਈਆਂ? ਟੈਲਾਂ ਨੇ ਪੈ ਨਾਲ ਹੀ ਬਿਠਾ ਕੇ ਕੱਢਣ ਚਾਹੀਦੀ। ਮੈਂ ਵੱਡੇ ਸਾਹਿਬ ਕੀ ਭੇਜਾ ਕਰ ਅਸ ਪੈਸੇ, ਤੁਸੀਂ ਗੱਲ ਸੁਣਨਾ ਮਜ਼ਾ ਅਤੇ ਸਾਨੂੰ ਸੁਣਾਉਣਾ ਮਜ਼ਾ। ਲਹਿਰ ਕੁਝ ਚਲਾ ਦੇ ਸਰ, ਲਹਿਰ ਆਏ ਨੀ ਨਵੇਂ ਨਵੇਂ ਦੇਖਣੇ ਦੇਖੇ ਲਹਿਰ ਨਾ ਹੋ, ਫਿਰ ਵੀ ਥੋੜ੍ਹਾ ਬਹੁਤ ਪਤਾ ਚੱਲਣ ਲੱਗ ਗਿਆ। ਕੋਈ ਨਹੀਂ ਆਇਆ, ਕੋਈ ਆਖਦਾ ਬੀਜੇਪੀ, ਕੋਈ ਕਾਂਗਰਸ, ਚੱਲਣੀ ਕਾਂਗਰਸ ਹੈ, ਕਿਉਂ ਬੀਜੇਪੀ ਨੇ ਦਿੱਤਾ ਹੈ ਕਿ ਮਿਲਿਆ ਮੁੰਡਾ, ਉਹ ਦਿੱਤੇ ਜੁਗਲ ਕਿਸ਼ੋਰ ਕਾਂਗਰਸ ਦੇ ਜਿਸ ਹਕੂਮਤ ਹੀ ਕੰਮ ਕਾਜ ਕਦੇ ਹੁੰਦਾ ਰਿਹਾ, ਸਿਆਲ ਹੁੰਦਾ ਰਿਹਾ, ਲਾਓ ਸਭ ਕੁਝ ਠੀਕ ਹੁੰਦਾ, ਖਾਓ ਖਿਲਾਓ ਮੇਰੇ, ਲਾਓ ਖਾਓ ਖਿਲਾਓ ਮੇਰੇ, ਤੁਹਾਨੂੰ ਖਿਲਾਉਂਦਾ ਰਿਹਾ ਕੌਣ ਬੁਲਾਉਂਦਾ ਰਿਹਾ, ਤੁਹਾਨੂੰ ਖਿਲਾਉਂਦਾ ਰਸਤਾ ਜਾਣਾ ਮਹਾਰਾਜ, ਬਿਮਾਰ ਹੈ 25 ਕਿੰਨੀ ਉਮਰ ਇੰਨੀ ਘੱਟੋ 25 ਜੋ ਉਹ ਹਸਪਤਾਲ ਜਾਓ, ਮੋਬਾਈਲ ਕਰੋ ਜੋ ਮੀਂਹ ਆਉਂਦਾ ਨੀ ਮੋਬਾਈਲ ਚਲਾ, ਮੈਂ ਕਿੱਥੋਂ ਚਲਾਉਣ ਚ ਮੇਰਾ ਬੱਚਾ ਘਰ ਵਾਲਾ, ਉਹ ਤਾਂ ਮੋਲ ਇੱਕੋ ਸਿੰਗਲ ਸਾਈਡ ਬਸ ਬੀਜੇਪੀ 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 ਇੱਕ ਤਾਂ ਕੈਂਡੀਡੇਟ ਬੜੇ ਅੱਛੇ, ਦੂਆ ਹਰ ਕੰਨਾ ਉਹਨਾਂ ਮਿਲਣਸਾਰ ਨ, ਬਾਕੀ ਦੂਆ ਨੰਬਰ ਉਹਦੇ ਮੁਕਾਬਲੇ ਕੋਈ ਕੈਂਡੀਡੇਟ ਨਹੀਂ। ਤੁਸੀਂ ਇਹ ਆਖਾ ਕਰਦੇ ਹੋ ਇੱਕ ਆਮ ਨਾਗਰਿਕ ਦੇ ਤੌਰ ਪਰ, ਆਮ ਸ਼ਹਿਰੀ ਦੇ ਤੌਰ ਪਰ, ਜਾਂ ਕੋਈ ਭਾਰਤੀ ਜਨਤਾ ਪਾਰਟੀ ਦੇ ਕੰਨਾ ਜੁੜੇ ਹੋ? ਨਹੀਂ ਨਹੀਂ ਨਹੀਂ, ਅਸੀਂ ਕੋਈ ਕੁਹਾ ਕਰਦੇ ਨਹੀਂ ਜੁੜਦੇ ਆ, ਲੱਗਿਆ ਕਿ ਸ਼ਹਿਰੀ ਨਾਗਰਿਕ ਤੌਰ ਪਰ। ਕੀ ਸ਼ੁਭ ਨਾਮ ਸਰ? ਰਣਜੀਤ ਗੁਪਤਾ। ਕੀ ਕੰਮ ਕਾਜ ਕਰਦੇ? ਮੈਂ ਕੱਪੜੇ ਦੀ ਦੁਕਾਨ ਹੈ ਮੇਰੀ। ਹਾਂਜੀ, ਮੋਲ ਤਾਂ ਬੀਜੇਪੀ ਦਾ ਦੁਕਾਨ ਪਰ ਵੀ ਜਿੰਨੇ ਆਉਂਦੇ ਨੇ ਅਸ ਕਸਟਮਰ ਕੀ ਤਕਰੀਬਨ ਪੁੱਛਦੇ ਰਹਿੰਦੇ ਹਾਂ ਕਿ ਮੋਲ ਹੈ ਗ੍ਰਾਂ 'ਚ, ਕੀ ਮੋਲ ਹੈ ਕਦੇ, ਉਹ ਇੱਕੋ ਸਰਾਉਂਦੇ ਜੀ ਫੁੱਲ ਗਿਆ ਫੁੱਲ ਜੀ, ਬਸ ਅਸੀਂ ਹੋਰ ਕੁਦਾ ਨਹੀਂ, ਮੋਹਰ ਲਾਣੀ ਫੁੱਲ ਫਰ ਲਾਣੀ ਹੈ ਅਤੇ ਮੋਦੀ ਕਾਮਯਾਬ ਬਣਾਉਣਾ ਜੀ। ਫੁੱਲ ਵਾਲਿਆਂ ਕੰਮ ਕਾਜ ਕੀਤੇ ਨਾ ਤੁਸੀਂ? ਨਹੀਂ, ਬਹੁਤ ਬੜੇ ਅੱਛੇ ਕੰਮ ਹੋਏ, ਬਹੁਤ ਅੱਛੇ ਕੰਮ ਹੋਇਆ ਤੁਹਾਡੇ ਇਲਾਕੇ 'ਚ।
ਸਾਰੇ ਤਕਰੀਬਨ ਹੋਏਗਾ ਨੀ ਦੋ ਚਾਰ ਸਾਨੂੰ ਸੁਣਾ ਵੀਡੋ ਨਹੀਂ ਜੀ ਹਾਂ ਹਰ ਚੀਜ਼ ਰੋਡ ਹੈ ਦੂਆ ਤਰੀਆ ਬਾਕੀ ਦੇਖੋ ਹਰ ਹਰ ਬੰਦਾ ਖੁਸ਼ ਤੇ ਹੋ ਨਹੀਂ ਸਕਦਾ ਬਾਕੀ ਇਹ ਤਰੱਕੀ ਹੈ ਤਰੱਕੀ ਹੈ ਅਸੀਂ ਗੱਲ ਬੜਾ ਬੜਾ ਧੰਨਵਾਦ ਤੁਹਾਡਾ ਹਾਂਜੀ ਕੱਲ ਕਰੋ ਸੋ ਅੱਜ ਕਰੋ ਜੀ ਠੀਕ ਹੈ ਅੱਜ ਕਰੋ ਸੋ ਆਪ ਕਰ ਫਿਰ ਦੇਰੀ ਕਿਸ ਬਾਤ ਕੀ ਬਹੁਤ ਅੱਛਾ ਕੰਮ ਕਰ ਰਹੇ ਹੈ ਹੁਣ ਕਰਵਾ ਕੰਮ ਹਾਂ ਇੱਦਾਂ ਹੀ ਗੱਲ ਹੈ ਚਲੋ ਜੀ ਚਲੋ ਜੀ ਚਲੋ ਹਾਂਜੀ ਬੋਲੋ ਇਲੈਕਸ਼ਨ ਕੀ ਚਲਾ ਇੱਧਰ ਇਲੈਕਸ਼ਨ ਇਲਾ ਜੀ ਕੋਈ ਮੁਕਾਬਲਾ ਨਹੀਂ ਹੈ ਟੱਕਰ ਮੈਂ ਕੋਈ ਨਹੀਂ ਹੈ ਕੋਈ ਨਹੀਂ ਹੈ ਟੱਕਰ ਮੈਂ ਹਾਂ ਕਿਉਂ ਬੜੇ ਚੱਕਰ ਮੈਂ ਅੱਛਾ ਇਹ ਕੋਣ ਹੈ ਮੋਹਨ ਲਾਲ ਜੀ ਜਿੱਤ ਜਾਏਗੇ ਅੱਛਾ ਹਾਂ ਠੀਕ ਕਰਾ ਦੀ ਹੁੰਦੀ ਪਾਰਟੀ ਹਾਂ ਬਿਲਕੁਲ ਜੀ ਹੁਣ ਉਹ ਘਰ ਵੀ ਵੇਹੀ ਆਉਂਦਾ ਤਾਂ ਵੀ ਜਿੱਤ ਜਾਂਦੇ ਨੇ ਉਹ ਵੀ ਚੱਕਰ ਭਲਾ ਉਹ ਚੱਕਰ ਹੈ ਕਿ ਲੋਕ ਇੰਨੇ ਫੈਨ ਹੋਈ ਜਾਂਦੇ ਹੁੰਦੇ ਪਹਿਲੀ ਵਾਰੀ ਉਹ ਸਿਆਸਤ 'ਚ ਆਏ ਨੇ ਪਹਿਲੀ ਵਾਰੀ ਸ਼ਾਇਦ ਲੋਕ ਫੈਨ ਬਣੇ ਹੁੰਦੇ ਕਿਉਂਕਿ ਇੱਕ ਸੁਲਝੇ ਦੇ ਸ਼ਰੀਫ ਬੰਦੇ ਨੇ ਅੱਛਾ ਇਮਾਨਦਾਰ ਬੰਦੇ ਨੇ ਕਰਮਟ ਨੇ ਦੱਸਿਆ ਆਦੇ ਹਾਂ ਇਹ ਤਾਂ ਨਹੀਂ ਹੈ ਕਿ ਅੱਗੇ ਰਾਜਨੀਤੀਆਂ ਕਰਦੇ ਰਹੇ ਜੇ ਕਰਦੇ ਰਹੇ ਪੁਲਿਸ 'ਚ ਆਏ ਸਿੱਧੇ ਇੱਧਰ ਆਮ ਲੋਕਾਂ ਦੇ ਤਾਂ ਮਸਲੇ ਕਿਨੇ ਆਮ ਲੋਕਾਂ ਦੇ ਮਸਲੇ ਕਿਨੇ ਆਮ ਲੋਕਾਂ ਦੇ ਮਸਲੇ ਇਹ ਹੁੰਦੇ ਨੇ ਕਿ ਪਾਣੀ ਬਿਜਲੀ ਆ ਰਹੀ ਹੈ ਠੀਕ ਹੈ ਵੀਹ ਘੰਟੇ ਇੱਕੀ ਘੰਟੇ ਆ ਰਹੀ ਹੈ ਦੇਖੋ ਜੀ ਬਿਜਲੀ ਪਹਿਲਾਂ ਕਿੰਨੀ ਆਉਂਦੀ ਸੀ ਅੱਠ ਦਸ ਘੰਟੇ ਹੁਣ ਦੇਖੋ ਬਾਈ ਘੰਟੇ ਬਿਜਲੀ ਆ ਰਹੀ ਸਮਾਰਟ ਮੀਟਰ ਲੱਗੀ ਦੇਖੋ ਜੀ ਬਿੱਲ ਤੁਸੀਂ ਦੇਖੋ ਗੁੜ ਪਾਗੇ ਤੇ ਮਿੱਠਾ ਹੋਣਾ ਨਾ ਕਿ ਗੁੜ ਪਾਗੇ ਨੀ ਮਿੱਠਾ ਕੁਛ ਹੋਣਾ ਇਹ ਸਮਝੀ ਗੱਲ ਹੈ ਕਿਆ ਤੁਸੀਂ ਬੀਜੇਪੀ ਦੇ ਵਰਕਰ ਹੋ ਨਹੀਂ ਅਸੀਂ ਕੋਈ ਦੇ ਵਰਕਰ ਨਹੀਂ ਅਸੀਂ ਦੁਕਾਨਦਾਰ ਹਾਂ ਅੱਛਾ ਅੱਛਾ ਕੁਛ ਦੇਖੋ ਦੇਖੋ ਮਾਰੇ ਵਰਕਰ ਦੇ ਉਸ ਦਾ ਹੁੰਦਾ ਜਿਹੜਾ ਇਲੈਕਸ਼ਨ ਚਲਾਦੇ ਹੁੰਦੇ ਨੇ ਹਾਂ ਇਲੈਕਸ਼ਨ ਅਸੀਂ ਸਪੋਰਟ ਸੀ ਕਰਨਾ ਜਿਹੜਾ ਕੰਮ ਕਰਿਆ ਜਿਹੜਾ ਸਹੀ ਕੈਂਡੀਡੇਟ ਹੈ ਜੇ ਉਹ ਸਹੀ ਕੈਂਡੀਡੇਟ ਦਾ ਸਾਖਾ ਠੀਕ ਹੈ ਜੇ ਗਲਤ ਨਾ ਹੋਣਾ ਗਲਤ ਹੈ ਆਹ ਟੁਬਨਾ ਤੁਹਾਡਾ ਸਾਡਾ ਨਾਂ ਹੈ ਰਮੇਸ਼ ਚੰਦਰ ਵੀ ਬਾਬਾ ਧੰਨਵਾਦ ਤੁਹਾਡਾ ਇਲੈਕਸ਼ਨ ਦਾ ਕੀ ਮੋਲ ਚਲਾ ਇਲੈਕਸ਼ਨ ਦਾ ਕਾਂਗਰਸ ਵੀ ਲਈ ਕਾਂਗਰਸ ਵੀ ਕਮਜ਼ੋਰ ਨੀ ਹੈ ਆਸਾ ਦਾ ਫਰਕ ਪੋਲਾ ਹੁੰਦਾ ਮੋਹਨ ਲਾਲ ਭਗਤੌਰ ਤੇ ਅਸ਼ੋਕ ਭਗਤੌਰ ਦੋਨੇ ਭਗਤੇ ਭਗਤੇ ਦਾ ਮੁਕਾਬਲਾ ਹੈ ਭਗਤੇ ਦਾ ਹੀ ਮੁਕਾਬਲਾ ਹੈ ਇਹਦੀ ਕੋਲ ਨਜ਼ਦੀਕੀ ਹੈ ਆਪਣੇ ਬੰਦੇ ਦੇ ਲੜਨੇ ਆਪਣੇ ਬੰਦੇ ਦੇ ਲੋਕਾਂ ਦੇ ਆਮ ਲੋਕਾਂ ਦੇ ਕੀ ਮਸਲੇ ਨੇ ਆਮ ਮਸਲੇ ਕੀ ਕੋਈ ਖਾਸ ਮਸਲਾ ਤਾਂ ਹੈ ਨੀ ਇਹਦਾ ਕੋਈ ਜਿਹੜੇ ਕੰਮ ਜਨਰਲੀ ਕੰਮ ਦੇ ਕਰਾਣੇ ਪਾਉਣ ਜਿਹੜਾ ਕੋਈ ਦੋਨੇ ਬਣੂ ਅੱਛਾ ਪਹਿਲਾਂ ਵੀ ਚਲਾਦੇ ਹੁਣ ਵੀ ਚਲਦੇ ਰਹਿਣੇ ਦੇ ਕੰਮ ਕਾਜ ਕਿਵੇਂ ਚਲਾ ਤੁਹਾਡਾ ਸਰ ਠੀਕ ਠਾਕ ਮਨੇ ਦਾਲ ਫੁਲਕਾ ਖਾ ਲਿਆ ਠੀਕ ਹੈ ਮਾਰੇ ਹੈ ਹਾਂਜੀ ਤੁਹਾਡਾ ਨਾਮ ਬਿੱਟੂ ਸ਼ਰਮਾ ਇਲੈਕਸ਼ਨ ਦਾ ਦੌਰ ਹੈ ਕਿਸੇ ਚੀਜ਼ ਦਾ ਤੋਂ ਡਿਸਾਈਡ ਨਹੀਂ ਆਖੀ ਸਕਦੇ ਕਿ ਮਾੜਾ ਮੋਟਾ ਅੰਦਾਜ਼ਾ ਉਹ ਹੀ ਹੁੰਦਾ ਪਤਾ ਲੱਗੀ ਜਾਂਦਾ ਕਿ ਬੀਜੇਪੀ ਦਾ ਜਿਹੜਾ ਬੋਲਬਾਲਾ ਜ਼ਿਆਦਾ ਲੱਗਾ ਮੋਹਨ ਲਾਲ ਭਗਤੌਰ ਹੁੰਦਾ ਆਮ ਲੋਕਾਂ ਦੇ ਕੀ ਮਸਲੇ ਕੋਈ ਮਸਲੇ ਕੋਈ ਖਾਸ ਨਹੀਂ ਹੈ ਇਹ ਰਸਤੇ ਦੇ ਮਸਲੇ ਜਾਂ ਜਗ੍ਹਾ ਜਗ੍ਹਾ ਜਾਂ ਰੋਡ ਦੇ ਪਿਛਲੇ ਕੁਛ ਇੱਧਰ ਸਾਲਾਂ 'ਚ ਕੰਮ ਕਾਜ ਹੋਇਆ ਇੱਧਰ ਡਿਵੈਲਪਮੈਂਟ ਵਗੈਰਾ ਹੋਈ ਹੈ ਕੁਛ ਹਾਂ ਠੀਕ ਹੈ ਨਹੀਂ ਹੈ ਜੰਮੂ ਸੰਵਾਦ ਸਾਡਾ ਚੈਨਲ ਹੈ ਅਸੀਂ ਜਗ੍ਹਾ ਜਗ੍ਹਾ ਜਾ ਕਰ ਰਹੇ ਹਾਂ ਲੋਕਾਂ ਨਾਲ ਗੱਲਬਾਤ ਕਰਿਆ ਕਰਦੇ ਹਾਂ ਕਿ ਮਾਰੇ ਇਲੈਕਸ਼ਨ 'ਚ ਕੀ ਮਾਹੌਲ ਚਲਾ ਕਰਦਾ ਕੌਣ ਜਿੱਤਾ ਕਰਦਾ ਲੋਕਾਂ ਦੇ ਮਸਲੇ ਕੀ ਨੇ ਆਮ ਲੋਕਾਂ ਦੀ ਕਿਹੜੀ ਪਰੇਸ਼ਾਨੀ ਹੁੰਦੀ ਹੈ ਜਾਂ ਉਹਦੇ ਮਸਲੇ ਜਿਹੜੇ ਨੇ ਉਹ ਲੀਡਰ ਹੱਲ ਕਰਦੇ ਨੇ ਲੀਡਰ ਉਹਦੇ ਵੱਖੇ ਧਿਆਨ ਦਿੰਦੇ ਨੇ ਲੋਕਾਂ ਦੀ ਸਮੱਸਿਆ ਵੱਖੀ ਜਾਂ ਨਹੀਂ ਜੀ ਵੋਟ ਵੀ ਆਪਣਾ ਬਣਾ ਹੋਗਾ ਪੜ੍ਹੇ ਲਿਖੇ ਵੀ ਆਪ ਹੈ ਤੋ ਆਪਕੀ ਵੀ ਕੋਈ ਸੋਚ ਹੋਗੀ ਨਾ
कौन अच्छा है कौन बुरा है, इलाके में काम हो रहे हैं कि नहीं हो रहे? इलाके में काम कहीं कहीं जगह होते हैं, कहीं हो नहीं रहे हैं। आपके इलाके में हो रहे हैं? हाँ अभी बन रहा है अभी। आप करते क्या हैं, करते क्या? अगर ग्रेजुएशन की थी अभी तो अभी शॉप पे होता हूँ। जॉब करते हैं? नहीं नहीं ग्रेजुएशन की थी अभी शॉप पे होता हूँ। अच्छा अभी शॉप पर। तो आप नौजवान हैं, नौजवानों के क्या मसले हैं यहाँ पे इलाके के? यहाँ पे इलाके का मसला यही है कि सभी को जॉब मतलब जो है लायक उनको मिलनी चाहिए जॉब।